ਕਰੰਟ ਲੱਗਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਇਹ ਵਿਅਕਤੀ ਇੱਕ ਸਾਈਟ ਦੇ ਉੱਤੇ ਕੰਮ ਕਰ ਰਿਹਾ ਸੀ ਤੇ ਅਚਾਨਕ ਇਸ ਨੂੰ ਜਦੋਂ ਕਰੰਟ ਲੱਗਦਾ ਹੈ ਤਾਂ ਇਹ ਸੀਲਿੰਗ ਦੇ ਵਿੱਚ ਫਸ ਜਾਂਦਾ ਹੈ ਤਾਂ ਸੀਲਿੰਗ ਦੇ ਵਿੱਚੋਂ ਨਾਲ ਦੇ ਕਰਮਚਾਰੀਆਂ ਦੇ ਵੱਲੋਂ ਕੱਢਿਆ ਜਾਂਦਾ ਹੈ ਤੇ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਕਿ ਜੋ ਮ੍ਰਿਤਕ ਵਿਅਕਤੀ ਸੀ ਉਸਦੀ 3 ਬੇਟੀਆਂ ਨੇ, ਉੱਥੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਅਕਤੀ ਜਦੋਂ ਸਾਈਟ ਦੇ ਉੱਤੇ ਕੰਮ ਕਰ ਰਿਹਾ ਸੀ ਤਾਂ ਉਸ ਸਮੇਂ ਅਚਾਨਕ ਹੀ ਉਸਨੂੰ ਕਰੰਟ ਲੱਗ ਜਾਂਦਾ ਹੈ ਅਤੇ ਕਰੰਟ ਲੱਗਣ ਦੇ ਨਾਲ ਉਹ ਬੁਰੇ ਤਰੀਕੇ ਦੇ ਨਾਲ ਝੁਲਸਦਾ, ਪਰ ਜਦੋਂ ਤੱਕ ਉਸਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਉਦੋਂ ਤੱਕ ਉਸਦੀ ਮੌਤ ਹੋ ਗਈ ਸੀ। ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਵੇ ਕਿ ਆਖਿਰ ਇਸ ਵਿਅਕਤੀ ਦੀ ਮੌਤ ਹੋਈ ਕਿਵੇਂ ਹੈ। ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਹੈਰਾਨ ਕਰ ਦੇਣ ਵਾਲਾ ਸਾਹਮਣੇ ਆਇਆ। ਪਰਿਵਾਰਕ ਮੈਂਬਰਾਂ ਦੇ ਵੱਲੋਂ ਉੱਥੇ ਹੀ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾਈ ਗਈ ਹੈ। ਮੇਰਾ ਨਾ ਘਰ ਵਾਲਾ ਇੱਥੇ ਕੰਮ ਕਰਦਾ ਵਾ ਕੰਪਨੀ 'ਚ, ਆਹ ਕੰਪਲੀਟ ਕੰਮ ਰੋਡ ਹੈਗਾ ਵਾ, ਦਫ਼ਤਰ ਘਰ ਬਣਾਇਆ ਹੋਇਆ ਵਾ, ਇਹ ਨਾ ਇੱਥੇ UPS ਦਾ ਰਿਪੇਅਰਿੰਗ ਦਾ ਔਨਲਾਈਨ ਕੰਮ ਹੁੰਦਾ ਵਾ, ਬਿਜਲੀ ਦਾ ਕੰਮ ਵੀ ਕਰਦੇ ਆ। ਇਹਨਾਂ ਨੇ ਨਾ ਉੱਧਰ ਮਜੀਠਾ ਰੋਡ 'ਤੇ ਵੀ ਨਵਾਂ ਕੰਮ ਫੜਿਆ ਵਾ, ਉੱਥੇ ਇਹਨੂੰ ਭੇਜਿਆ ਸੀ ਕੰਮ ਕਰਨ, ਸਵੇਰੇ 9 ਵਜੇ ਦਾ ਗਿਆ ਵਾ, 12 ਵਜੇ ਮੇਰੀ ਗੱਲ ਹੋਈ ਆ ਉਦੋਂ ਠੀਕ ਸੀ, 1:30 ਵਜੇ ਮੈਂ ਫੋਨ ਕੀਤਾ, ਨਹੀਂ ਫੋਨ ਚੁੱਕੇ 2-3, ਪਰ ਮੈਂ ਕਿਹਾ ਸ਼ਾਇਦ ਕੰਮ ਕਰਦਾ ਹੋਊਗਾ। ਉਸ ਤੋਂ ਬਾਅਦ ਮੇਰਾ ਭਰਾ ਵੀ ਇੱਥੇ ਕਮਰੇ 'ਚ ਲੱਗਾ ਵਾ, ਉਹਦਾ ਫੋਨ ਆਇਆ ਮੈਨੂੰ, ਉਹਨੇ ਕਿਹਾ ਵਾ ਕਿ ਦੇਖੋ ਤੂੰ ਘਰੇ ਆ, ਮੈਂ ਕਿਹਾ ਹਾਂ, ਕਹਿੰਦਾ ਮੈਡਮ ਨਾਲ ਗੱਲ ਕਰ ਲਾ, ਜਿਹੜੀ ਦਫ਼ਤਰ ਦੀ ਮੈਡਮ ਆ, ਮੈਡਮ ਦੇ ਮੇਰੇ ਝੂਠ ਬੋਲਿਆ, ਧੋਖਾ ਕੀਤਾ ਮੈਡਮ ਨੇ ਮੇਰੇ ਨਾਲ, ਕਹਿੰਦੀ ਨਹੀਂ, ਕਹਿੰਦੀ ਵੱਡੀ ਠੀਕ ਹੈ, ਮੈਂ ਘਰ ਲੈ ਕੇ ਆ ਲੱਗੀ ਆ, ਮੈਨੂੰ ਆਹ ਗੱਲ ਕਹੀ ਹੈ, ਘਰ ਆਣ ਕੇ ਮੇਰੇ ਨਾਲ ਮੇਰੇ ਘਰ ਲਾਸ਼ ਸੁੱਟ ਗਏ। ਬਾਅਦ ਚੋਂ ਕਹਿੰਦੇ ਆ 12-13 ਸਾਲ ਤੋਂ ਜ਼ਿਆਦਾ ਹੀ ਹੋ ਗਿਆ ਕੰਮ ਕਰਦੇ ਰਹਿੰਦੇ, ਧੋਖਾ ਕੀਤਾ ਇਹਨਾਂ ਨੇ ਮੈਨੂੰ, ਕਿਹਾ ਕਿ ਠੀਕ ਹੈ ਘਰ ਲੈ ਕੇ ਆ ਲੱਗੇ ਆ, ਅਤੇ ਬਾਅਦ ਚੋਂ ਲਾਸ਼ ਪਾ ਤੀ ਇਹਨਾਂ ਨੇ ਸਾਡੇ ਘਰ, 3 ਬੱਚੇ 3 ਕੁੜੀਆਂ ਵਾ, ਉਮਰ ਆ 33-34 ਸਾਲ ਉਮਰ ਜ਼ਿਆਦਾ ਰਹੀ। ਹਾਂਜੀ, ਫਿਰ ਬਾਅਦ ਚੋਂ ਮੇਰੇ ਰਿਸ਼ਤੇਦਾਰਾਂ ਨੂੰ ਮੈਡਮ ਥੋੜ੍ਹੀ ਦੇਰ ਉੱਥੇ ਰਹੀ ਹੈ, ਥੋੜ੍ਹੀ ਦੇਰ ਰਹੀ ਹੈ, ਮੇਰੇ ਰਿਸ਼ਤੇਦਾਰ ਨੂੰ ਕਹਿੰਦੀ ਹੈ ਇਹਨੂੰ ਅਟੈਕ ਹੋਇਆ ਵਾ, ਅਟੈਕ ਨਹੀਂ ਹੋਇਆ, ਉੱਥੇ ਕਰੰਟ ਲੱਗਾ, ਬਿਜਲੀ ਦਾ ਕੰਮ ਵੀ ਕਰਾਉਂਦੇ ਆ, ਇਹਨੂੰ ਕਰੰਟ ਲੱਗਾ ਵਾ, ਮੰਗ ਇਨਸਾਫ ਮੰਗਦੇ ਆ ਬਸ, ਹੁਣ ਇਨਸਾਫ ਚਾਹੀਦਾ, ਧੋਖਾ ਕੀਤਾ ਇਹਨਾਂ ਨੇ, ਬਸ ਹੁਣ ਇਨਸਾਫ ਚਾਹੀਦਾ। ਹਾਂਜੀ, ਇਹ ਦਰਵਾਜ਼ਾ ਨਹੀਂ ਖੋਲ੍ਹਣ ਦੇ, ਇਹਨਾਂ ਨੂੰ ਕਦੋਂ ਦਾ ਮੌਕਾ ਦਿੱਤਾ ਹੈ ਕਿ ਸਾਨੂੰ ਜਵਾਬ ਦੇਵੋ, ਸਾਨੂੰ ਜਵਾਬ ਦੇਵੋ, ਜੇ ਤਾਂ ਕੋਈ ਤੋੜ ਫੜ ਹੀ ਕਰਤੀ ਆਪਣੀ ਜ਼ਿੰਮੇਵਾਰੀ ਇਹ ਆਪ ਹੋਣਗੇ ਬਸ, ਪਰ ਮੇਰੇ ਕੋਲ ਬਰਦਾਸ਼ਤ ਨਹੀਂ ਹੋਣ ਡਿਆ, ਹੋਰ ਕਿਸੇ ਦਾ ਪਤਾ ਨਹੀਂ, ਪਤਾ ਮੈਂ ਤਾਂ ਅੱਗ ਲਾ ਕੇ ਮਰ ਜਾਣਾ, ਜੋ ਮੇਰੀ ਲਾਤ ਜ਼ਿੰਮੇਵਾਰ ਹੈ ਹੋਣ ਕੇ, ਬਸ ਇਹ ਹੋਣ ਕੇ। ਇਹ ਜੀ ਕੰਮ ਕਰਦਾ ਪਿਆ ਸੀ ਆਪਣੀ ਸਾਈਟ ਤੇ ਬਾਹਰ ਮਹਾਰਾਜਾ ਲਾਗੇ ਕੋਈ ਸਾਈਟ ਆ। ਹਾਂਜੀ ਹਾਂਜੀ, ਮੈਂ ਵੀ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਸੀ ਇੱਥੇ ਕੰਪਨੀ 'ਚ, ਤੇ ਮੈਂ 10-12 ਸਾਲ ਹੋਏ ਕੰਮ ਕਰਦਾ, 10-12 ਸਾਲ ਹੋਏ। ਹਾਂਜੀ ਹਾਂਜੀ ਹਾਂਜੀ, ਅਤੇ ਕੀ ਹੋਇਆ, ਕੀ ਸੀ ਪ੍ਰੋਬਲਮ? ਉਹ ਅੱਜ ਕੰਮ ਕਰਦਾ ਪਿਆ ਸੀ, ਕਿਤੇ ਬੱਤੀ ਦਾ ਕੰਮ ਕਰਦਾ ਪਿਆ ਸੀ, ਉੱਪਰ ਸੀਲਿੰਗ ਦੇ ਵਿੱਚ ਕਿਤੇ ਵੜਿਆ, ਉੱਥੇ ਜਾ ਕੇ ਇਹਨੂੰ ਬੱਤੀ ਦਾ ਕੰਮ ਸ਼ੋਰਟ ਕਰਦਿਆਂ ਕਰਦਿਆਂ ਕਿਤੇ ਸ਼ੋਰਟ ਲੱਗਾ। ਉਸ ਤੋਂ ਬਾਅਦ ਇਹਨੂੰ ਮੈਂ ਜਾ ਕੇ ਸੀਲਿੰਗ 'ਚੋਂ ਕੱਢਿਆ ਵਾ ਜਿੱਥੇ ਇਹਨੂੰ ਸ਼ੋਰਟ ਲੱਗਾ, ਉਸ ਤੋਂ ਬਾਅਦ ਇਹ ਮਤਲਬ ਕਿ ਥੱਲੇ ਲਿਆਂਦਾ ਇਹਨੂੰ, 2nd floor ਤੇ ਹੈਗਾ ਸੀ, ਉੱਥੋਂ ਥੱਲੇ ਲਿਆ ਕੇ ਗੱਡੀ 'ਚ ਪਾਇਆ ਹੋਸਪਿਟਲ, ਹੋਸਪਿਟਲ ਵਾਲਿਆਂ ਨੇ ਡੈਡ ਕਰਾਰ ਦਿੱਤਾ। ਅੱਛਾ, ਹੋਸਪਿਟਲ ਡੈਡ ਕਰਾਰ। ਉਸ ਤੋਂ ਬਾਅਦ ਫਿਰ
ਉਸ ਤੋਂ ਬਾਅਦ ਫਿਰ ਆਪਾਂ ਘਰ ਲਿਆਂਦੇ ਸਾਰੇ। ਕੰਮ ਕਰਦਾ ਸੀ ਮਾਲਕ, ਉਹ ਨਹੀਂ ਪਹੁੰਚਿਆ? ਉਹ ਮੈਂ ਉਦੋਂ ਇਹਨਾਂ ਦੇ ਵੇਰਕੇ ਗਿਆ ਹੋਇਆ ਸੀ, ਇਹਨਾਂ ਨੂੰ ਇਤਲਾਹ ਕਰਨਾ। ਇਤਲਾਹ ਕਰਨ ਗਿਆ ਹੋਇਆ ਸੀ ਇਹ ਸਰ। ਹੁਣ ਮੈਂ ਆਪ ਮੌਕੇ 'ਤੇ ਨਹੀਂ ਹੈਗਾ, ਮੈਂ ਵੇਰਕੇ ਇਤਲਾਹ ਕਰਨ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਕਿਤੇ ਮਾਲਕ ਵੀ ਇਹਨਾਂ ਦੇ ਘਰ ਘੁਰ ਗਏ ਸੀ ਕਿਤੇ। ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਉੱਥੇ ਕੋਈ ਨਹੀਂ। ਰਾਤ ਨੂੰ ਬੁਲਾ ਲੈਂਦਾ ਸੀ 12 ਵਜੇ 1 ਵਜੇ 12 ਵਜੇ ਜਦੋਂ ਬੁਲਾਣਾ ਉਹਨੂੰ ਉਹਨੇ ਆ ਜਾਣਾ। ਰਾਤ ਦਿਨ ਕੰਮ ਕਰਦਾ ਰਿਹਾ ਕੰਪਨੀ 'ਚ, ਰਾਤ ਦਿਨ ਇਹਨੇ ਘਰ ਸਾ ਜਾ ਕੇ ਨਹੀਂ ਵੇਖਿਆ। ਆਪਣੇ ਬੱਚੇ 3 ਕੁੜੀਆਂ ਇਹਦੀਆਂ, ਉਹਨਾਂ ਦਾ ਕੌਣ ਵਾਲੀ ਵਾਸਤੇ? ਅੱਜ ਮਾਰ ਕੇ ਘਰ ਸੋਟਾ ਇਹਨਾਂ ਨੂੰ, ਮਾਰ ਕੇ ਘਰ ਸੋਟਾ ਇਹਨਾਂ। 3 ਕੁੜੀਆਂ ਇਹਦੀਆਂ ਕੌਣ ਸਾਂਭੇਗਾ? ਅਸੀਂ ਸਾਂਭ ਸਕਦੇ ਹਾਂ ਮਾਈ ਬੁੱਢਾ? ਸਾਨੂੰ ਇਨਸਾਫ ਚਾਹੀਦਾ, ਸਾਨੂੰ ਇਨਸਾਫ। 3 ਬੱਚੇ 1 ਜਨਾਨੀ ਉਹਦੀ। ਇਹਨਾਂ ਦਾ ਨਾਮ ਹੈ ਜੀ ਪ੍ਰਦੀਪ ਕੁਮਾਰ ਪੁੱਤਰ ਰਾਜ ਕੁਮਾਰ, ਵਾਸੀ ਧੁੱਪ ਸੜੀ ਵੇਰਕੇ ਤੋਂ। ਅਤੇ ਐਕਸੀਡੈਂਟ ਇੱਥੇ ਹੀ, ਬਾਕੀ ਪੋਸਟਮਾਰਟਮ ਕਰਦੇ। ਪਰਿਵਾਰ ਸਹਿਮਤ ਹੈ? ਹਾਂਜੀ ਸਹਿਮਤ ਹੈ ਜੀ, ਪਰਿਵਾਰ ਨਾਲ ਹੈ ਜੀ।